ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਕਰਾਂਗੇ ਗੱਲਬਾਤ 9 ਮਹੀਨੇ ਵਾਲੇ ਪੇਪਰ ਅਤੇ ਸਾਲ ਵਾਲੇ ਪੇਪਰਾਂ ਬਾਰੇ, ਸੀਜ਼ਨਲ ਅਤੇ ਨੋਨ ਸੀਜ਼ਨਲ। ਉਸ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਚੈਨਲ 'ਤੇ ਨਵੇਂ ਹੈ, ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਬੈੱਲ ਆਈਕਨ ਨੂੰ ਦੱਬਣਾ ਨਾ ਭੁੱਲਿਓ। ਚਲੋ ਇਸ ਦੇ ਨਾਲ ਅੱਜ ਕਰਦੇ ਹਾਂ ਅੱਜ ਦੀ ਗੱਲਬਾਤ ਸ਼ੁਰੂ। ਪਹਿਲੀ ਗੱਲ ਕਰਦੇ ਹਾਂ 9 ਮਹੀਨੇ ਵਾਲੇ ਪੇਪਰਾਂ ਬਾਰੇ। ਜਦੋਂ ਅਸੀਂ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਜਾਂ ਕਿਸੇ ਵੀ ਕੰਟਰੀ ਤੋਂ ਇਟਲੀ ਪਹੁੰਚ ਜਾਂਦੇ ਹਾਂ, ਆਪਣਾ ਵੀਜ਼ਾ ਲੱਗ ਜਾਂਦਾ ਹੈ 9 ਮਹੀਨੇ ਦਾ, ਤਾਂ ਇਟਲੀ ਆ ਕੇ ਜਿਹੜਾ ਮਾਲਕ ਆਪਣਾ ਵੀਜ਼ਾ ਅਪਲਾਈ ਕਰਦਾ, ਇੱਥੇ ਆ ਕੇ ਉਸੇ ਦੇ ਨਾਲ ਕੰਮ ਕਰਨਾ ਜ਼ਰੂਰੀ ਹੁੰਦਾ, ਕਿਉਂਕਿ ਜਿਹੜੀ ਪਹਿਲੀ ਸੰਜੋਰਨ ਆ ਸਾਨੂੰ ਉਹੀ ਮਾਲਕ ਦਵਾ ਸਕਦਾ ਜਿਹਦੇ ਮਾਲਕ ਨੇ ਸਾਡੇ ਪੇਪਰ ਭਰੇ ਹੁੰਦੇ ਆ। ਪਹਿਲੀ ਸੰਜੋਰਨ 9 ਮਹੀਨੇ ਦੀ ਮਿਲਦੀ ਹੈ, 9 ਮਹੀਨੇ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਵਾਪਸ ਆਪਣੇ ਦੇਸ਼ ਜਾਣਾ ਪੈਂਦਾ, ਪਰ ਕੋਈ ਵੀਰ ਵਾਪਸ ਨਹੀਂ ਜਾਂਦਾ। ਇਹ ਪ੍ਰੋਸੈਸ ਹੁੰਦਾ 9 ਮਹੀਨੇ ਵਾਲੇ ਪੇਪਰਾਂ 'ਤੇ, ਪਰ ਜੇ ਮਾਲਕ ਤੁਹਾਡੇ ਚਾਹੇ ਤਾਂ ਤੁਹਾਨੂੰ ਪੱਕਾ ਵੀ ਕਰਵਾ ਸਕਦਾ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ 1 ਸਾਲ ਵਾਲੇ ਪੇਪਰਾਂ ਬਾਰੇ। ਜਿਹੜਾ ਮਾਲਕ ਤੁਹਾਨੂੰ ਬੁਲਾ ਰਿਹਾ, ਸਰਕਾਰ ਉਸ ਦੀ ਇਨਕਮ ਚੈੱਕ ਕਰੇਗੀ, ਅਤੇ ਇਹ ਵੀ ਚੈੱਕ ਕਰੇਗੀ ਕਿ ਉਹ ਉਸ ਮਾਲਕ ਕੋਲ ਉਸ ਬੰਦੇ ਨੂੰ ਰੱਖਣ ਲਈ ਘਰ ਹੈਗਾ ਹੋਣਾ ਚਾਹੀਦਾ ਹੈ। ਇਹ ਵੀਜ਼ਾ ਤੁਹਾਡਾ 1 ਸਾਲ ਦਾ ਲੱਗਦਾ, ਇਸ ਵਿੱਚ ਤੁਸੀਂ ਕੁਝ ਸਮਾਂ ਮਾਲਕ ਨਾਲ ਕੰਮ ਕਰਨ ਤੋਂ ਬਾਅਦ ਮਾਲਕ 'ਤੇ ਕੰਮ ਚੇਂਜ ਕਰ ਸਕਦੇ। ਅਤੇ ਇਹ ਸੀ ਫਰਕ 9 ਮਹੀਨੇ ਵਾਲੇ ਪੇਪਰ ਅਤੇ 1 ਸਾਲ ਵਾਲੇ ਪੇਪਰਾਂ ਵਿੱਚ। 1 ਸਾਲ ਵਾਲੇ ਪੇਪਰਾਂ ਨੂੰ ਪੱਕੇ ਪੇਪਰ ਵੀ ਕਹਿ ਦਿੰਦੇ ਆ, ਕਿਉਂਕਿ ਇਹਨਾਂ ਪੇਪਰਾਂ ਵਿੱਚ ਬੰਦਾ ਪੱਕੇ ਤੌਰ 'ਤੇ ਇਟਲੀ ਆ ਜਾਂਦਾ ਹੈ। ਪਰ 9 ਮਹੀਨਿਆਂ ਵਾਲੇ ਪੇਪਰਾਂ 'ਤੇ ਆ ਕੇ ਵੀ ਕਈ ਮੇਰੇ ਵੀਰ ਪੱਕੇ ਹੋ ਜਾਂਦੇ ਹਨ। ਪਰ ਇੱਕ ਗੱਲ ਹੋਰ, ਜੇ 9 ਮਹੀਨੇ ਅਤੇ 1 ਸਾਲ ਵਾਲੇ ਪੇਪਰਾਂ ਦਾ ਪ੍ਰੋਸੈਸ ਦੋਨਾਂ ਦਾ ਇਕੱਠਾ ਚੱਲਦਾ ਹੋਵੇ, ਤਾਂ ਫਰਕ ਇੰਨਾ ਕਿ 1 ਸਾਲ ਵਾਲੇ ਪੇਪਰ ਜਿਹਦੇ ਕੋਲ ਹੁੰਦੇ ਉਹ 1 ਸਾਲ ਪਹਿਲਾਂ ਪੱਕਾ ਹੋ ਜਾਂਦਾ ਇਟਲੀ ਵਿੱਚ। ਬਸ ਇਹੀ ਫਰਕ ਹੈ ਕਿ 9 ਮਹੀਨਿਆਂ ਵਾਲੇ ਪੇਪਰ 'ਤੇ ਆ ਕੇ ਜੇ ਤੁਹਾਡਾ ਮਾਲਕ ਚਾਹੇ ਤਾਂ ਤੁਹਾਨੂੰ ਪੱਕੇ ਕਰਵਾ ਸਕਦਾ ਹੈ, ਪਰ ਜਿਹੜਾ 1 ਸਾਲ ਦਾ ਵੀਜ਼ਾ ਲਗਵਾ ਕੇ ਆਉਂਦਾ ਉਹ ਪੱਕੇ ਤੌਰ 'ਤੇ ਹੀ ਇਟਲੀ ਆਉਂਦਾ। ਅਤੇ ਇਹ ਸੀ ਅੱਜ ਦੀ ਜਾਣਕਾਰੀ। ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਧੰਨਵਾਦ।